चलो प्रोग्राम की शुरुआत। Thank you.
ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਮਹਾਰਾਜ ਦੀ ਅਪਾਰ ਕਿਰਪਾ ਹੋਵੇ ਫਿਰ ਕਿਤੇ ਯਸ਼ੋ ਘੜੀ ਦੇਖਣ ਨੂੰ ਮਿਲਦੀ ਹੈ, ਯਸ਼ੋ ਘੜੀ ਨਸੀਬ ਹੁੰਦੀ ਹੈ। ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੀ ਹੈ, ਸਰਦਾਰ ਜਸਵੰਤ ਸਿੰਘ ਜੀ ਦੇ ਸਪੁੱਤਰ ਕਾਕਾ ਸਵਰਨ ਸਿੰਘ ਜੀ ਦੇ ਵਿਆਹ ਦੀ ਖੁਸ਼ੀ 'ਚ ਇਹ ਇੱਥੇ ਪ੍ਰੋਗਰਾਮ ਰੱਖਿਆ ਗਿਆ। ਸਾਡੀ ਪੂਰੀ ਕੋਸ਼ਿਸ਼ ਹੋਊਗੀ ਵੀ ਅਸੀਂ ਗੀਤ ਸੰਗੀਤ ਰਾਹੀਂ ਤੁਹਾਡਾ ਮਨ ਪਰਚਾਵਾ ਕਰਕੇ ਤੁਹਾਡੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਲਓ ਤੁਸੀਂ ਇੱਕ ਧਾਰਮਿਕ ਗੀਤ ਸੁਣਿਆ, ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ। ਹੁਣ ਤੁਹਾਡੀ ਸੇਵਾ 'ਚ ਦੋ ਗਾਣੇ ਪੇਸ਼ ਕਰਨ ਲੱਗੇ। ਸਾਡੇ ਗੀਤਾਂ ਦੇ ਵਿੱਚ ਆਮ ਤੌਰ 'ਤੇ ਕੁਝ ਜੋਰ ਭਰਜਾਈ ਦੀਆਂ ਗੱਲਾਂ, ਇੱਕ ਦੂਜੇ ਦੀਆਂ ਮਤਲਬ ਚੋਲ ਬੋਲ, ਕਈ ਵਾਰੀ ਕੋਈ ਰੋਮਾਂਟਿਕ, ਕਈ ਵਾਰੀ ਕੋਈ ਕੁਲਕਤਾੜੀਆਂ ਜਿਹੀਆਂ, ਇਸ ਕਿਸਮ ਦੇ ਗੀਤ ਹੁੰਦੇ ਨੇ। ਹਾਂ, ਲਓ ਸਾਡੀ ਸੇਵਾ 'ਚ ਗੀਤ ਪੇਸ਼ ਕਰਨ ਲੱਗੇ। ਉਮੀਦ ਕਰਦਾ ਪਿਆਰ ਨਾਲ ਸੁਣਨ ਦੀ ਕਿਰਪਾ ਕਰੋਗੇ। ਲਓ ਸਾਹਿਬ ਦਾ ਮੀਟ ਫਰਮਾਇਸ਼ ਵੀ ਹੈ, ਉਹ ਗੀਤ ਪੇਸ਼ ਕਰ ਲੈਂਦਾ। ਸਾਉਣ ਦਾ ਮਹੀਨਾ, ਕੁੜੀਆਂ ਚਿੜੀਆਂ ਦੇ ਤਿਉਹਾਰਾਂ ਦਾ ਮਹੀਨਾ। ਵਿਆਹੀਆਂ ਵਾਲੀਆਂ ਬੀਬੀਆਂ ਵੀ ਸਹੁਰਿਆਂ ਤੋਂ ਪੇਕਿਆਂ ਨੂੰ ਆ ਜਾਂਦੀਆਂ ਨੇ, ਵਿਛੜੀਆਂ ਸਹੇਲੀਆਂ ਨੂੰ ਮਿਲਣ ਵਾਸਤੇ, ਤੀਆਂ ਦਾ ਤਿਉਹਾਰ ਦੇਖਣ ਵਾਸਤੇ। ਇੱਕ ਗੱਭਰੂ ਸਾਉਣ ਦੇ ਮਹੀਨੇ ਸਹੁਰੀ ਜਾ ਵੜਿਆ ਘਰ ਵਾਲੀ ਨੂੰ ਲਿਆਉਣ ਵਾਸਤੇ। ਉਹਨੂੰ ਵੇਖ ਕੇ ਗੁੱਸੇ 'ਚ ਆ ਕੇ ਕਹਿੰਦੀ, ਤੈਨੂੰ ਅਕਲ ਉਕਲ ਹੈ ਨਹੀਂ? ਅੱਗੋਂ ਕਹਿੰਦਾ, ਹੈਗੀ ਹੈ। ਕਹਿੰਦੀ, ਕਿੱਥੇ ਹੈ? ਮੈਨੂੰ ਤਾਂ ਦਿਖਦੀ ਕਿਤੇ ਨਹੀਂ ਹੈ, ਤੈਨੂੰ ਰਸਮ ਰਿਵਾਜ਼ ਦਾ ਪਤਾ ਨਹੀਂ ਹੈ, ਤੈਨੂੰ ਨਹੀਂ ਪਤਾ ਵੀ ਮਾਪੇ ਧੀਆਂ ਨੂੰ ਸਾਉਣ ਦੇ ਮਹੀਨੇ ਤੋੜਦੇ ਨਹੀਂ ਹੁੰਦੇ, ਤੂੰ ਕਿਵੇਂ ਮੂੰਹ ਚੱਕ ਕੇ ਆ ਰਹੀ ਹੈ? ਉਹ ਵਿਚਾਰਾ ਮੇਰੇ ਵਰਗਾ ਸਿੱਧਾ ਸਾਦਾ ਬੰਦਾ ਸੀ, ਘਰਵਾਲੀ ਦੀ ਗੱਲ ਸੁਣ ਕੇ ਸੱਚੀ ਮੁੱਚੀ ਘਬਰਾ ਗਿਆ। ਅੰਦਰ ਵੜ ਕੇ ਕਹਿੰਦਾ, ਭਲੀਏ ਲੋਕੀ, ਜੇ ਮੈਂ ਗਲਤੀ ਨਾਲ ਆ ਹੀ ਗਿਆ ਤਾਂ ਮੇਰੀ ਆਏ ਦੀ ਬੇਇੱਜ਼ਤੀ ਨਾ ਕਰ, ਹੁਣ ਚੱਲੀ ਚੱਲ ਤੜਕੇ ਚਾਹੇ ਮੂੰਹ ਨੇਰੇ ਮੁੜੀ ਆਈ। ਉਹ ਕਹਿੰਦੀ, ਕਿਉਂ? ਮੇਰਾ ਚੱਕੀ ਦੇ ਪੜਾਉਣ ਵਾਲੇ ਹੱਥ ਆਇਆ ਹੋਇਆ, ਹੁਣ ਜਾਵਾਂ ਸਵੇਰੇ ਮੁੜਦੀ ਫਿਰ? ਮੈਂ ਤਾਂ ਪਹਿਲਾਂ ਪਿੱਛੇ ਆਊਂਗੀ। ਲਓ ਜੀ, ਉਹ ਜਾਣ ਤੋਂ ਇਨਕਾਰ ਕਰਦੀ ਹੈ, ਉਹ ਜਾਣ ਵਾਸਤੇ ਬਹਾਨੇ ਕਰਦਾ। ਕਦੇ ਕਹਿੰਦਾ, ਕੁੜੀ ਕੋਠੇ ਤੋਂ ਡਿੱਗੀ, ਉਹਦਾ ਚੂੜਾ ਨਿਕਲ ਗਿਆ। ਕਦੇ ਕਹਿੰਦਾ, ਕੁੜੀ ਨੇ ਮੱਝ ਨੂੰ ਮਾਰਿਆ, ਮੱਝ ਮੁੱਝੇ ਤੇ ਪਈ ਨਾ, ਬੁੜੀ ਮੱਝ ਨੂੰ ਬੁੜੀ ਨੇ ਮਾਰਿਆ, ਬੁੜੀ ਨੂੰ ਮੱਝ ਨੇ ਮਾਰਿਆ, ਬੁੜੀ ਮੱਝ ਤੇ ਪਈ ਆ। ਹਾਂ, ਮੈਂ ਰੋਟੀ ਖੜੋ ਬੈਠਾ। ਲਓ ਸੁਣਨਾ ਗੌਰ ਨਾਲ, ਉਹ ਜਾਣ ਤੋਂ ਇਨਕਾਰ ਕਰਦੀ ਹੈ, ਉਹ ਬਹਾਨੇ ਕਰਦਾ। ਉਹ ਕੀ ਕਹਿੰਦੀ ਹੈ? ਉਹ ਕੀ ਕਹਿੰਦਾ? ਪਿਆਰੀ ਕਿਤੇ ਪਿਆਰੀ ਕਿਤੇ ਪਿਆਰੀ।
ਨਾਲੇ ਮੈਂ ਮੂਹਰੇ ਬੈਠ ਕੇ ਦੇਖੀ ਜਾਊਂਗਾ ਜਾਣੀ ਦਿਲ ਦੀਆਂ ਦਿਲ ਵਿੱਚ ਲੈ ਗਈ ਰੋਂਦੀ
ਮਜ਼ਾ ਚੜੀ ਨੀ ਲੋਕ ਰੁਕੀ ਰੋਈ ਲੋਕ ਰੁਕੀ ਰੋਈ ਤੇਰੇ ਰਾਜ ਮਜ਼ਾ।
ਬਥੇਰੀ ਰੇਤ ਜਾਣੀ ਨੀ, ਬਥੇਰੀ ਰੇਤ ਜਾਣੀ ਨੀ, ਹੁੰਦੀਆਂ ਨੇ ਕਈ ਵਾਰੀ ਭੁੱਲ ਹੋ ਜਾਂਦੀ ਹੈ। ਹੋਇਆ ਕੀ, ਘਰ ਦੇ ਵਿੱਚ ਖੁਸਰ ਖੁਸਰ ਹੁੰਦੀ ਵੇਖ ਕੇ ਮੁਟਿਆਰ ਸਮਝ ਗਈ ਵੀ ਘਰਦਿਆਂ ਨੂੰ ਮੇਰੀ ਗੱਲ ਦਾ ਲੱਗ ਗਿਆ ਪਤਾ, ਉਹਨੂੰ ਪਤਾ ਲੱਗ ਗਿਆ ਵੀ ਮਿਲਾਪ ਦਾ ਸਮਾਂ ਹੋ ਗਿਆ, ਮਿਲਣ ਦਾ ਸਮਾਂ ਹੋ ਗਿਆ। ਕੋਠੇ ਚੜ੍ਹ ਗਈ, ਗੱਭਰੂ ਨੂੰ ਆਉਂਦੇ ਨੂੰ ਵੇਖ ਕੇ ਉੱਥੋਂ ਇਸ਼ਾਰਾ ਕਰ ਦਿੱਤਾ ਵੀ ਪਿੱਛਾ ਮੁੜ ਜਾ, ਪਿੱਛਾ ਮੁੜ ਜਾ, ਨਾਕੇ ਬੰਦੀ ਹੋਈ ਹੋਈ ਹੈ, ਮੁੱਠੀਆਂ 'ਚ ਥੁੱਕੀ ਬੈਠੇ ਨੇ, ਅੱਡੀ ਪਤਲੀ ਕਰ ਦੇਣਗੇ, ਪਿੱਛੇ ਹੀ ਮੁੜ ਜਾ। ਤੂੰ ਧਿਆਨ ਨਾਲ ਸੁਣਨਾ ਦੋਸਤੋ, ਜਵਾਨੀ ਦਾ ਜੋਸ਼ ਹੋਵੇ, ਕੁੱਟਦਾਰੂ ਮੂੰਹ ਨੂੰ ਲੱਗੀ ਹੋਵੇ, ਮਹਿਬੂਬ ਨੂੰ ਮਿਲ ਜਾਣਾ ਹੋਵੇ ਤੇ ਕੋਈ ਕਿਸੇ ਦੇ ਕਹਿ ਤੋਂ ਰੁਕਦਾ ਹੁੰਦਾ, ਸੁਣਨਾ ਤੇਰਾ ਗੌਰ ਨਾਲ ਉਹ ਕੀ ਕਹਿੰਦੀ ਹੈ, ਗੱਭਰੂ ਕੀ ਜਵਾਬ ਦਿੰਦਾ। ਕਰਾ ਮੇਰੇ ਤੇ ਕਰਾ ਮੋਟਾ ਆਪ ਪਟਾਪੀ ਤੇ ਤੇਰੀ ਮਿੰਨਤ।
ਚਰਨ ਹੋ